किसान भी उही, आढ़ती भी उही, ते फसल भी उही, ते सरकार दे वादे भी उही। हाले तक झोने की खरीद जी शुरू नहीं हुई और जिसते चलदे आ मंडिया दे विच वड्डे वड्डे ढेर लगे है। इत्थों तक कि हुण ते मंडिया दे विच गड्डी जां मोटरसाइकिल लिआउण वास्ते भी जगह नहीं बची क्योंकि लोगों ने जिहड़े किसान ने उन्होंने सड़कों के उत्ते ही झोने की फसल नूं उतारना शुरू कर दिता। तस्वीरां तुहानूं डेरा बाबा नानक की मंडी दीआं दिखा दिंदे आ। इत्थे तुसीं देख सकते हो चारे पासे मंडी दे विच वड्डे वड्डे ढेर फसल दे और बोरिया दीआं टांकां लगियां होईआं ने। मजदूर जिहड़े आ वड्डे वड्डे ढेर लगा रहे ने और तुहानूं तस्वीरां डेरा बाबा नानक की दाना मंडी दीआं दिखा रहे ने। जिस करके इस वक्त हालात इत्थों तक हो चुके ने कि दाना मंडी दे विच एंटर करन वास्ते भी कई समा सानू वेट करनी पैंदी आ। किसान अपना फसल लैके जिहड़ी आ पहुंचे हुए ने दाना मंडी डेरा बाबा नानक दे विच, जिते कि हालात इदां दे ने कि बिल्कुल ही ढेर वाले ढेर जिहड़ी फसल वो दिखाई दे रही है तुहानूं उस कैमरे दे विच तस्वीरां दे विच वेख रहे हो तुसीं। डेरा बाबा नानक दी मंडी दा एक हिस्सा वा जिथों दीआं तस्वीरां तुहानूं दिखा रहे हां। ट्रालियां लगातार लगातार ट्रालियां जिहड़ियां वो फसल नूं लैके मंडी दे विच पहुँच रही ने पर जगह जिहड़ी आ वह फसल लगाउण वास्ते नहीं बची। पर सरकार दी सेहत ते कोई असर नहीं है क्योंकि सरकार ने वादा किया सी कि दो दिन दे विच हालातां नूं सुधार दिता जाएगा पर हालात जिहड़े आ जस दे तस ने। किसी तरह का कोई सरकार की सेहत पर असर नहीं पिया। सरकार ने कोई इंतजाम शुरू नहीं किए और हाले तक किसान जिहड़े आ वो मंडिया दे विच रुलदे हुए नज़र आ रहे हैं। साडे नाल इत्थे कुछ अज किसान इकट्ठे होकर गपशप कर रहे हैं। सत श्री अकाल जी। सत श्री अकाल जी। की नाम तुहाडा? जगिंदर सिंह। किदन दे आए हो? हो गए 5-7 दिन। 5-7 दिन। हाँ जी। तो मंडिया च रुलना चंगा तो नहीं लगता? नहीं, बड़ा दुखी है जी। दुखी? बहुत दुखी है। ਕੀ ਕਹਿਣਾ ਚਾਹੁੰਦੇ ਸਰਕਾਰਾਂ ਦੀ ਨਾਕਾਮੀ? ਸਰਕਾਰਾਂ ਦੇ ਵੇਖ ਲਓ ਤੁਹਾਡੇ ਸਾਹਮਣੇ ਜੋ ਕਰਨ ਦੀਆਂ ਸਰਕਾਰਾਂ ਕਰਕੇ ਜਦੋਂ ਤੁਹਾਡੇ ਕੋਲ ਖਸਮ ਹੀ ਨਹੀਂ ਬੋਲਣ ਡਿਆ ਅਸੀਂ ਕੀ ਕਹਿ ਸਕਦੇ? ਪਹਿਲਾਂ ਕਦੀ ਇੱਦਾਂ ਹੋਇਆ ਜਦੋਂ ਪਹਿਲੀਆਂ ਸਰਕਾਰਾਂ? ਨਾ ਨਾ 10 ਸਾਲ ਹੋ ਗਏ ਕਦੀ ਇਹੋ ਜਿਹੀ ਗੱਲ ਬਣੀ? ਕਦੀ ਇੱਦਾਂ ਦੀ ਗੱਲ? ਨਾ ਜੀ, ਨਾ ਅੱਜ ਕਹੀ ਹੋਇਆ ਜੀ। ਜਿਹੜੇ ਪ੍ਰਬੰਧ ਸਰਕਾਰਾਂ ਨੂੰ ਪਹਿਲਾਂ ਕਰਨੇ ਚਾਹੀਦੇ ਸੀ ਤੇ ਉਹ ਪਹਿਲਾਂ ਕਰਨੇ ਚਾਹੀਦੇ ਸੀ। ਇਹਨਾਂ ਸਰਕਾਰ ਨੂੰ ਮੌਕੇ ਦੀ ਸਰਕਾਰ ਨੂੰ ਵੀ ਇਹ ਕਰਨਾ ਚਾਹੀਦਾ ਸੀ ਜੀ। ਦੂਜੀਆਂ ਸਰਕਾਰਾਂ ਵਾਲੇ ਮਾਸਾ ਕਿਤੇ ਝੋਨਾ ਕੋਈ ਕਣਕ ਰੋਲੀ ਨਹੀਂ। ਤੇ ਹੁਣ ਕੀ ਅਗਲਾ ਕੀ ਸਟੈਪ ਹੋਏਗਾ? ਅਗਲਾ ਹੁਣ ਇਹ ਸਾਡੇ ਮਾਲਕ ਨੂੰ ਪਤਾ, ਮੈਂ ਮੁੱਖ ਮੰਤਰੀ ਨੂੰ ਉਹਨੂੰ ਕਰਨਾ ਚਾਹੀਦਾ। ਅਸੀਂ ਤਾਂ ਇਹਨੇ ਦਾਣੇ ਚੁਗਣ, ਕਿਸਾਨ ਤਾਂਦੇ ਚੁਗਣ। ਸੋ ਇਹ ਸਨ ਕਿਸਾਨ ਜਿਹੜੇ ਕਿ ਡੇਰਾ ਬਾਬਾ ਨਾਨਕ ਦੇ ਨੇ ਔਰ ਇਹਨਾਂ ਦਾ ਕਹਿਣਾ ਕਿ ਇਹ ਹੁਣ ਸਰਕਾਰ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਨਾ ਹੈ ਕਿਉਂਕਿ ਫਸਲ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਰੁਲਦੀ ਪਈ ਆ। ਜੇ ਇਸ ਤਰ੍ਹਾਂ ਹੀ ਰਿਹਾ ਤਾਂ ਹਾਲਾਤ ਵੱਧ ਤੋਂ ਬਦਤਰ ਹੋਣਗੇ ਸਾਡੇ ਨਾਲ। ਹੋਰ ਕਿਸਾਨ ਨੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡੇਰਾ ਬਾਬਾ ਨਾਨਕ ਤੋਂ ਦਾਣਾ ਮੰਡੀ ਤੋਂ ਬੋਲ ਰਿਹਾ, ਕਮਲਜੀਤ ਸਿੰਘ ਖੁਸ਼ਾਲਪੁਰ, ਸੂਬਾ ਜਨਰਲ ਸਕੱਤਰ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ। ਅਫਸੋਸ ਆ, ਜਿਹੜੀ ਸਰਕਾਰਾਂ ਨੂੰ ਅਸੀਂ ਵੋਟਾਂ ਪਾ ਕੇ ਬਣਾਉਂਦੇ ਹਾਂ ਉਹਨਾਂ ਨੇ ਸਾਡੀ ਕੋਈ ਸਾਰ ਨਹੀਂ ਲਈ। ਮਾਨ ਸਾਹਿਬ ਦੀ ਸਰਕਾਰ ਦਾ ਕੋਈ ਹਲਕਾ ਇੰਚਾਰਜ, ਕੋਈ ਵਜ਼ੀਰ ਅੱਜ ਤੱਕ ਡੇਰਾ ਬਾਬਾ ਨਾਨਕ ਮੰਡੀ 'ਚ ਨਹੀਂ ਪੁੱਜਿਆ, ਨਾ ਹੀ ਕੋਈ ਕੇਂਦਰ ਦਾ ਕੋਈ ਆਇਆ ਵਾ। ਆਹ ਬੋਰੀਆਂ ਰੁਲ ਰਹੇ ਆ ਕਿਸਾਨ, 20-20 ਦਿਨਾਂ ਤੋਂ ਕਿਸਾਨ ਇੱਥੇ ਰੁਲ ਰਿਹਾ। ਅਸੀਂ ਆਉਂਦੇ ਹਾਂ ਵੀ ਜੇ ਇਹਨਾਂ ਨੂੰ ਹਿੰਦੁਸਤਾਨ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੇ ਝੋਨਾ ਖਰੀਦਣਾ ਹੀ ਨਹੀਂ ਤਾਂ ਸਾਡੇ ਕੋਲ ਵਜਾਉਂਦੇ ਕਿਉਂ ਆ? ਕਈ ਫਸਲਾਂ ਦੇ ਉੱਤੇ MSP ਆ, ਸਿਰਫ ਝੋਨਾ ਹੀ ਕਹਿੰਦੇ ਆ ਵੀ ਅਸੀਂ ਖਰੀਦਾਂਗੇ ਤੇ ਝੋਨਾ ਹੀ ਰੁਲਣ ਡਿਆ ਵਾ, ਕੋਈ ਇੱਥੇ ਝੋਨਾ ਤੋਂ। ਤੁਹਾਡੀ ਮੀਟਿੰਗ ਕਿਸਾਨਾਂ ਦੀ ਹੋਈ ਆ ਮੁੱਖ ਮੰਤਰੀ ਨਾਲ, ਉਹਨਾਂ ਨੇ ਤੁਹਾਨੂੰ ਟਾਈਮ ਦਿੱਤਾ, ਉਹ 'ਤੇ ਭਰੋਸਾ ਕਰਦੇ ਹੋ? ਵੇਖੋ, ਮੁੱਖ ਮੰਤਰੀ ਜਿਹੜਾ ਟਾਈਮ ਪਾਸ ਕਰਦਾ, ਮੁੱਖ ਮੰਤਰੀ ਨੂੰ ਚਾਹੀਦਾ ਸੀ ਜੇ ਉਹਨੇ ਕੋਈ ਦਾਣੇ ਦੀ ਖਰੀਦ ਕਰਨੀ ਜੇ ਸਹਿਰਦੇ ਸੀ ਤੇ ਉਹ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜੇ ਗੋਦਾਮਾਂ 'ਚ ਸਪੇਸ ਆ ਜਿਹਦੇ ਕਰਕੇ ਸੈਲਰ ਵਾਲਾ ਬਹਾਨਾ ਲਾਉਣ ਡਿਆ, ਉਹ ਪਹਿਲਾਂ ਸਪੇਸ ਬਣਾਉਂਦਾ। ਜੇ ਟਾਈਮ ਪਾਸ ਕਰਦਾ ਤਾਂ ਫਿਰ ਟਾਈਮ ਕਿਉਂ ਦਿੰਦੇ? ਵੇਖੋ ਜੀ, ਇੱਕ ਵਾਰੀ ਝੂਠ ਬੋਲ ਕੇ ਮੁੱਖ ਮੰਤਰੀ ਪੰਜਾਬ 'ਚ ਆ ਗਿਆ ਵਾ, ਲੋਕਾਂ ਨੂੰ ਉਦੋਂ ਆਉਂਦਾ ਸੀ, ਇਹਦੀਆਂ ਵੀਡੀਓ ਤੁਹਾਡੇ ਕੋਲ ਹੈਗੀਆਂ ਨੇ ਵੀ ਟਰਾਲੀ ਦੇ ਡਾਲਾ ਖੁੱਲਣ ਤੋਂ ਪਹਿਲਾਂ ਨਾਲ ਹੀ ਦਾਣੇ ਬੋਰੀਆਂ 'ਚ ਪੈ ਜਾਣਗੇ ਅਤੇ ਜੱਟ ਦੇ ਘਰ ਜਾਣ ਤੋਂ ਪਹਿਲਾਂ ਪੈਸੇ ਉਹਦੇ ਖਾਤੇ 'ਚ ਪੈ ਜਾਣਗੇ। ਇਹ ਵੀਡੀਓ ਆਮ ਵਾਇਰਲ ਹੋਣ ਡਈ ਆ, ਕਿਹੜੇ ਖਾਤੇ 'ਚ ਪਏ ਆ? ਆਹ ਜਿਹੜੇ ਮਰਜ਼ੀ ਕਿਸਾਨ ਨੂੰ ਪੁੱਛ ਕੇ ਵੇਖ ਲਓ, 20-20 ਦਿਨ ਹੋ ਗਿਆ ਕਿਸਾਨਾਂ ਨੂੰ ਇੱਥੇ ਆਇਆਂ ਨੂੰ। ਆਹ ਲੱਖਾਂ ਦੀ ਗਿਣਤੀ 'ਚ ਬੋਰੀਆਂ ਆਹ ਟਾਂਕਾਂ ਲੱਗੀਆਂ ਨੇ, ਜੇ ਕੱਲ੍ਹ ਨੂੰ ਮੰਨ ਲਓ ਇੱਥੇ ਬੋਲ ਲੱਗੇ ਨੇ, ਜੇ ਮੀਂਹ ਪੈ ਜਾਂਦਾ ਫਸਲ ਖਰਾਬ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਆ? ਪੁੱਤਾਂ ਵਰਗੀਆਂ ਫਸਲਾਂ ਪਾਲੀਆਂ, ਪਿੱਛੇ ਹਨੇਰੀ ਵੀ ਆਈ ਆ, ਮੋਇਸਚਰ ਹਨੇਰੀ ਕਰਕੇ ਸਾਰੇ ਇਲਾਕੇ 'ਚ ਡੇਰਾ ਬਾਬਾ ਨਾਨਕ 'ਚ ਫਸਲਾਂ ਡਿੱਗ ਪਈਆਂ ਸੀ ਅਤੇ ਮੋਇਸਚਰ ਉਹਨਾਂ 'ਚ ਕੋਈ 19-21 ਹੈਗਾ, ਪਰ ਜਿਹੜਾ 13-14-15 ਮੋਇਸਚਰ ਆ ਉਹਦੀ ਵੀ ਖਰੀਦ ਨਹੀਂ ਹੋਣ ਡਈ। ਅਜੇ ਤਾਂ ਉਹ ਦਾਣੇ ਆਉਣੇ ਆ ਜਿਹੜੇ ਵਿਛੇ ਆ ਪੈਲੀਆਂ ਦੇ ਵਿੱਚ, ਉਹਨਾਂ ਦਾ ਕੀ ਬਣੇਗਾ? ਜੇ ਭਗਵੰਤ ਮਾਨ ਜੀ ਤੁਹਾਡੇ ਕੋਲ ਝੋਨਾ ਨਹੀਂ ਖਰੀਦਿਆ ਜਾਂਦਾ ਤਾਂ ਸਾਲ ਪਹਿਲਾਂ ਪਲੈਨ, ਤੁਹਾਡੀ ਖੇਤੀਬਾੜੀ ਨੀਤੀ ਕਿੱਥੇ ਆ?
ਜਿਮਨੀ ਚੋਣ ਆ ਕਿਸਾਨਾਂ ਦੀ ਕੋਈ ਰਣਨੀਤੀ ਹੈਗੀ ਕੋਈ ਜਿਮਨੀ ਚੋਣ ਜਿਹੜਾ ਲੜਨ ਡਿਆ ਉਹ ਡੇਰੇ ਮੰਡੀ ਚ ਤੇ ਆਏ ਕਿਹਾ ਕਿਸਾਨਾਂ ਦੀ ਰਣਨੀਤੀ ਹੈਗੀ ਹੈ ਕੋਈ ਅਗਰ ਨਹੀਂ ਝੋਨਾ ਚੁੱਕਿਆ ਜਾਂਦਾ ਵੇਖੋ ਇਹ ਮੇਰੀ ਇੱਕ ਗੱਲ ਸੁਣੋ ਕਿਸਾਨ ਨੂੰ ਸਭ ਤੋਂ ਵੱਧ ਪਿਆਰੀ ਤੇ ਫਸਲ ਹੀ ਹੁੰਦੀ ਆ ਤੇ ਜੇ ਫਸਲ ਹੀ ਨਹੀਂ ਚੁੱਕੀ ਜਾਣੀ ਤੇ ਕਿਸਾਨ ਇਹਨਾਂ ਨੂੰ ਹਾਰ ਪਾਏਗਾ ਇਹਨਾਂ ਦੀ ਜਿਮਨੀ ਚੋਣ ਨੂੰ ਫਾਇਦਾ ਦੇਣਾ ਜਿਹੜਾ ਜਿਮਨੀ ਚੋਣ ਲੜ ਰਿਹਾ ਇੱਥੋਂ ਜਿਹੜਾ ਸਰਕਾਰ ਦਾ ਬੰਦਾ ਜਿਮਨੀ ਚੋਣ ਲੜ ਰਿਹਾ ਕਿਉਂ ਭਰਾ ਉਹ ਆਇਆ ਇੱਥੇ ਮੰਡੀ ਚ ਕਦੀ ਤੁਹਾਡੇ ਕੋਲ ਜਿਹੜਾ ਲੜ ਰਿਹਾ ਉਹ ਤੇ ਮੰਡੀ ਚ ਨਹੀਂ ਵੜਿਆ ਤੇ ਜਿਮਨੀ ਚੋਣ ਨੂੰ ਅਸੀਂ ਫਾਇਦਾ ਦਈਏ ਸਾਡੇ ਲਈ ਤਾਂ ਵੇਖੋ ਜਿਹੜੀ ਇੱਕ ਵਾਰੀ 92 ਸੀਟਾਂ ਦਿੱਤੀਆਂ ਸੀ ਉਹ ਜੇ 92 ਸੀਟਾਂ ਵਾਲਾ ਫੇਲ ਆ ਤੇ ਜੇ ਇੱਕ ਦੀ ਆਹ ਸੀਟ ਵੀ ਦੇ ਦਾਂਗੇ ਇਹਨਾਂ ਸਾਡਾ ਕੀ ਕਰ ਦੇਣਾ ਵਾ ਇਹਨਾਂ ਕੱਖ ਨਹੀਂ ਕਰਨਾ ਸਾਡਾ ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਫਸਲ ਲੈ ਕੇ ਆਏ ਦੇ ਹੋ ਫਸਲ ਤੁਹਾਡੀ ਖਰੀਦੀ ਗਈ ਹੈ ਜਾਂ ਨਹੀਂ ਖਰੀਦੀ ਗਈ ਫਸਲ ਬਿਲਕੁਲ ਨਹੀਂ ਖਰੀਦੀ ਗਈ ਮਤਲਬ ਫਸਲ ਦੀ ਬਹੁਤ ਬੇਕਦਰੀ ਹੋ ਰਹੀ ਹੈ ਅਤੇ ਅਸੀਂ ਆੜ੍ਹਤੀ ਦੇ ਦੁਆਲੇ ਹੁੰਦੇ ਹਾਂ ਵੀ ਸਾਡੀ ਫਸਲ ਚੁੱਕੋ ਅਤੇ ਉਹ ਆਪਣੀ ਸਮਰੱਥਾ ਜਿਤਾਉਂਦੇ ਜੀ ਸਾਡੇ ਕੋਲ ਪਹਿਲੇ ਦੀ ਗੱਲ 'ਤੇ ਆਉਂਦੇ ਵੀ ਸਾਡੇ ਕੋਲ ਜਗ੍ਹਾ ਹੀ ਨਹੀਂ ਲਾਉਣ ਨੂੰ ਹਾਂਜੀ ਅਤੇ ਤੁਸੀਂ ਵੇਖ ਸਕਦੇ ਹੋ ਝੋਨਾ ਪੂਰੀ ਮੰਡੀ ਦੇ ਵਿੱਚ ਇੱਦਾਂ ਹੀ ਆ ਕੋਈ ਜਗ੍ਹਾ ਹੀ ਖਾਲੀ ਹੈ ਹੀ ਨਹੀਂ ਜਗ੍ਹਾ ਖਾਲੀ ਹਾਂਜੀ ਸਰਕਾਰ ਕਹਿੰਦੀ ਸੀ ਕਿ 2-3 ਦਿਨ 'ਚ ਹੱਲ ਕਰ ਲਵਾਂਗੇ ਕੋਈ ਨੁਮਾਇੰਦਾ ਪਹੁੰਚਿਆ ਤੁਹਾਡੇ ਕੋਲ ਕੋਈ ਨੁਮਾਇੰਦਾ ਇੱਥੇ ਕੋਈ ਨਹੀਂ ਪਹੁੰਚਿਆ ਨਾ ਕੋਈ ਦੇਖਣ ਆ ਰਿਹਾ ਅਤੇ ਜੇ ਹਾਲਾਤ ਆ ਸਾਹਮਣੇ ਦਿਖ ਰਹੇ ਜੇ ਪਹੁੰਚਿਆ ਹੋਇਆ ਜੋ ਖਰੀਦ ਹੁੰਦੀ ਹੋਵੇ ਅਤੇ ਮੰਡੀ ਦੀ ਕੁਛ ਜਗ੍ਹਾ ਮਿਲਦੀ ਹੋਵੇ ਰੋਡ ਦੇ ਉੱਪਰ ਝੋਨਾ ਲੱਗਾ ਹੋਇਆ ਜੱਟ ਜਿੱਥੇ ਜਗ੍ਹਾ ਮਿਲਦੀ ਉੱਥੇ ਲਾ ਦਿੰਦੇ ਹੁਣ ਕੀ ਕਰਨਾ ਖਰੀਦਦਾਰੀ ਨਹੀਂ ਹੋ ਰਹੀ ਅਤੇ ਲਿਫਟਿੰਗ ਕਿੱਥੋਂ ਹੋਣੀ ਹੈ ਸੋ ਇਹਨਾਂ ਦਾ ਕਹਿਣਾ ਵਾ ਕਿ ਹਾਲੇ ਤੱਕ ਕੋਈ ਨਹੀਂ ਇਹਨਾਂ ਤੱਕ ਪਹੁੰਚਿਆ ਸਾਡੇ ਨਾਲ ਹੋਰ ਕਿਸਾਨ ਨੇ ਤੁਹਾਡਾ ਕਿੰਨਾ ਵੀ ਜੀ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਲੋਪਾ ਫਸਲ ਲੈ ਕੇ ਆਏ ਹੋ ਤੁਸੀਂ ਹਾਂਜੀ ਹਾਂਜੀ ਕੀ ਪੋਜੀਸ਼ਨ ਹੈ ਸਰ ਨਾ ਸੈਂਟਰ ਸਾਡਾ ਸਾਥ ਦੇਣ ਡਿਆ ਨਾ ਸਟੇਟ ਗਵਰਨਮੈਂਟ ਅਤੇ ਨਾ ਹੀ ਸੇਲਰ ਵਾਲੇ ਆੜ੍ਹਤੀ ਆਪਣੇ ਬਾਹਾਂ ਦੇ ਬਲ 'ਤੇ ਜਿਹੜਾ ਮਾਲ ਉਹ ਖਰੀਦ ਕੇ ਅਤੇ ਬੋਰੀਆਂ 'ਚ ਪਾਉਣ ਡਏ ਝੋਨਾ ਲਾਉਣ ਨੂੰ ਕਿਤੇ ਥਾਂ ਨਹੀਂ ਲਿਫਟਿੰਗ ਹੋਣ ਨਹੀਂ ਡਈ ਸਰਕਾਰ ਕਹੀ ਜਾਂਦੀ ਵੀ 1 ਤਰੀਕ ਤੋਂ ਲਿਫਟਿੰਗ ਸ਼ੁਰੂ ਆ ਪਰ ਪੂਰੇ ਪੰਜਾਬ 'ਚੋਂ ਇੱਕ ਬੋਰੀ ਵੀ ਕਿਸੇ ਬੰਨੇ ਨਹੀਂ ਚੁੱਕੀ ਅਜੇ ਜਿਹੜੇ ਸਰਕਾਰ ਦੇ ਦਾਅਵੇ ਬਿਲਕੁਲ ਝੂਠੇ ਬਿਲਕੁਲ ਝੂਠੇ ਆ ਜੀ ਸਿਰਫ ਵੋਟਾਂ ਖਾਤਰ ਹੀ ਹੈ ਕੋਈ ਨਾ ਮੈਦਾ ਨਹੀਂ ਨਾ ਕੋਈ ਤੱਕੜੀ ਨਾ ਪੰਜਾ ਨਾ ਝਾੜੂ ਕੋਈ ਨਹੀਂ ਲੱਭਣ ਡਿਆ ਹਾਲਾਤ ਇੱਦਾਂ ਦੇ ਰਹਿੰਦੇ ਆ ਤਾਂ ਫਿਰ ਅੱਗੋਂ ਕੀ ਤੁਹਾਡੀ ਪਲਾਨ ਹਾਲਾਤ ਇਹਨਾਂ ਦੇ ਫਿਰ ਨੋਆ ਹੀ ਦੱਬਿਆ ਜਾਊਗਾ ਫਿਰ ਉਹ ਤਾਂ ਹੋ ਗਿਆ ਵੋਟਾਂ ਦਾ ਤੇ ਤੁਹਾਡੇ ਆਪਣੀ ਫਸਲ ਨੂੰ ਕੀ ਕਰੋਗੇ ਉਹਦਾ ਨੁਕਸਾਨ ਦਾ ਕਿੱਦਾਂ ਫਸਲ ਤੇ ਹੁਣ ਸਾਡੀ ਰੱਬ ਨੇ ਭਿਆਲੀ ਆ ਜੀ ਹੋਰ ਅਸੀਂ ਹੁਣ ਕੀ ਕਹਿ ਸਕਦੇ ਹਾਂ ਕੋਈ ਜੇ ਸਾਥ ਦੇਵੇਗਾ ਗੁਰੂ ਨਾਨਕ ਦਾ ਬੂਟਾ ਲਾਇਆ ਖੇਤੀ ਚਲੋ ਕਿਰਪਾ ਕਰਨਗੇ ਸਾਡੇ ਨਾਲ ਆੜ੍ਹਤੀ ਵੀ ਨੇ ਜਿਨ੍ਹਾਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਕਿ ਆੜ੍ਹਤੀ ਜਿਹੜੇ ਆ ਕੁਝ ਫਸਲ ਜਿਹੜੀ ਉਹ ਚੁੱਕ ਰਹੇ ਨੇ ਔਰ ਪੂਰੀ ਜਿਹੜੀ ਹੈ ਫਸਲ ਦੀ ਚੁਕਾਈ ਸਰਕਾਰ ਵੱਲੋਂ 1 ਬੋਰੀ ਵੀ ਨਹੀਂ ਚੁੱਕੀ ਗਈ ਪਰ ਸਰਕਾਰ ਦੇ ਵਾਅਦੇ ਜਿਹੜੇ ਬਿਲਕੁਲ ਝੂਠੇ ਨਿਰਾਧਾਰ ਨੇ ਸਾਡੇ ਆੜ੍ਹਤੀ ਨੇ ਵੀ ਪੁੱਛਦੇ ਹਾਂ ਵੀ ਤੁਸੀਂ ਪ੍ਰਾਈਵੇਟ ਤੌਰ 'ਤੇ ਆਪਣੇ ਤੌਰ 'ਤੇ ਫਸਲ ਨੂੰ ਖਰੀਦ ਰਹੇ ਨਹੀਂ ਅਸੀਂ ਪ੍ਰਾਈਵੇਟ ਤੌਰ 'ਤੇ ਨਹੀਂ ਜਿੰਨੀ ਕੁ ਅਸੀਂ ਜ਼ਿਮੀਂਦਾਰ ਦੀ ਹੈਲਪ ਕਰ ਸਕਦੇ ਹਾਂ ਸਾਡੇ ਕੋਲ ਬਾਰਦਾਨਾ ਸਰਕਾਰੀ ਆ ਰਿਹਾ ਜਿੰਨੀ ਕੁ ਅਸੀਂ ਹੈਲਪ ਕਰ ਸਕਦੇ ਹਾਂ ਜਿੰਨੀ ਸਾਡੇ ਕੋਲ ਜਗ੍ਹਾ ਉਨਾ ਆਪਾਂ ਮਾਲ ਤੋਰ ਲਿਆ ਵਾ ਅਤੇ ਤੁਸੀਂ ਸਾਹਮਣੇ ਵੇਖ ਸਕਦੇ ਹੋ ਵੀ ਸਾਡੀ ਲੇਬਰ 5-5 ਰੁਪਏ ਤੋੜਾ ਦੇ ਕੇ ਆਪਾਂ ਚੱਕੀ ਲਗਾ ਰਹੇ ਹਾਂ ਜਿਹੜੀ ਸਾਡੀ ਨਜਾਇਜ਼ ਸਾਨੂੰ 46 ਰੁਪਏ ਕਮਿਸ਼ਨ ਮਿਲਦੀ ਹੈ ਅਤੇ 15 ਰੁਪਏ ਦੇ ਆਪਾਂ ਉਹਦੇ ਵਿੱਚੋਂ ਲੇਬਰ ਦੇਤੀ ਅਸੀਂ ਜ਼ਿਮੀਂਦਾਰ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਅਸੀਂ ਜਿੰਨੇ ਜੋਗੇ ਆ ਜ਼ਿਮੀਂਦਾਰ ਦੀ ਹੈਲਪ ਕਰ ਰਹੇ ਹਾਂ ਅਸੀਂ ਸਰਕਾਰ ਕੜੀ ਅਪੀਲ ਕਰ ਸਕਦੇ ਹਾਂ ਵੀ ਇਹ ਜਿਹੜੇ ਕੰਮ ਆ ਸਰਕਾਰਾਂ ਲੈਵਲ 'ਤੇ ਆ ਲੋਕਲ ਕੱਲ੍ਹ ਸਾਡੇ DC ਸਾਹਿਬਾਨ ਵੀ ਆਏ ਸੀ ਉਹ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਲੋਕਲ ਜੋ ਸੇਲਰ ਨੇ ਸਾਡੇ ਜ਼ਿਲ੍ਹੇ 60-65 ਸੇਲਰ ਨੇ ਉਹਨਾਂ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਸੈਲਰਾਂ ਵਾਲੇ ਰਿਕੁਐਸਟ ਕਰ ਰਹੇ DC ਸਾਹਿਬਾਨ ਕਿ ਤੁਸੀਂ ਮਾਲ ਦੀ ਲਿਫਟਿੰਗ ਕਰੋ ਪਰ ਉਹ ਵੀ ਬੇਵੱਸ ਹੋਏ ਆ ਕਿਉਂਕਿ ਪੰਜਾਬ ਦੀ ਜਿਹੜੀ ਹੈ ਸੈਂਟਰ ਲੈਵਲ ਦੀ ਪਾਲਿਸੀ ਆ ਇਹ ਕੋਈ ਸਰਕਾਰ ਪਾਲਿਸੀ ਚੇਂਜ ਕਰੇ ਕੋਈ ਸੈਲਰ ਵਾਲੇ ਨੂੰ ਰਿਲੈਕਸੇਸ਼ਨ ਦੇਵੇ ਅਤੇ ਸੈਲਰ ਵਾਲਿਆਂ ਨੂੰ ਕਿਉਂਕਿ ਬਹੁਤ ਨੁਕਸਾਨ ਹੋਇਆ ਅਸੀਂ ਸਮਝਦੇ ਹਾਂ ਕਿ ਸੈਲਰਾਂ ਵਾਲਿਆਂ ਦਾ ਬਹੁਤ ਨੁਕਸਾਨ ਹੋਇਆ ਜਿੰਨਾ ਚਿਰ ਕੋਈ ਰਿਲੈਕਸੇਸ਼ਨ ਗਵਰਨਮੈਂਟ ਨਹੀਂ ਦਿੰਦੀ ਉਨਾ ਚਿਰ ਸਾਡੇ ਸਮਝ ਮੁਤਾਬਕ ਸੈਲਰ ਵਾਲੇ ਵੀ ਮੰਡੀਆਂ 'ਚ ਮਾਲ ਚੁੱਕਣ ਲਈ ਤਿਆਰ ਨਹੀਂ ਹੈਗੇ ਇਹ ਤਾਂ ਗਵਰਨਮੈਂਟ ਹੀ ਭਰਪਾਈ ਕਰ ਸਕਦੀ ਹੈ ਨਾ ਕਿ ਕੋਈ ਲੋਕਲ ਲੈਵਲ ਦਾ ਅਫਸਰ ਕੱਟ ਦਾ ਬੜਾ ਰੋਲਾ ਕਿਸਾਨ ਕਹਿੰਦੇ ਵੀ ਸਾਡਾ ਕੱਟ ਲੱਗ ਰਿਹਾ ਵਾ ਕਿਸਾਨ ਨੂੰ ਨੁਕਸਾਨ ਉਹ ਕੌਣ ਲਾ ਰਿਹਾ ਦੇਖੋ ਜੀ ਕੱਟ ਲੈਵਲ ਦਾ ਇਹ ਹੈ ਕਿ ਜਿਹੜਾ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਜਿਵੇਂ ਇੱਥੋਂ ਬਾਹਰ ਸਾਡੇ ਜ਼ਿਲ੍ਹਿਆਂ 'ਚ ਕੁਛ ਹੁੰਦਾ ਜਾਂਦਾ ਦੂਜਾ ਤੀਜਾ ਉਹਦੇ 'ਚ ਕੋਈ ਕਿਰਾਇਆ ਵਗੈਰਾ ਸੈਲਰਾਂ ਵਾਲਿਆਂ ਨੂੰ ਨਹੀਂ ਮਿਲਦਾ ਅਤੇ ਪਿਛਲੀ ਵਾਰੀ ਦੇ ਚੌਲ ਜਿਹੜੇ ਆ ਮੈਨੂੰ ਜੋ ਸਾਨੂੰ ਸਮਝ ਮੁਤਾਬਕ ਸੰਗਰੂਰ ਤੋਂ ਬਠਿੰਡੇ ਤੋਂ ਪਠਾਨਕੋਟ ਤੱਕ ਲਿਆ ਕੇ ਚੌਲ ਸੈਲਰਾਂ ਵਾਲਿਆਂ ਲਾਏ ਆ 100-100 ਰੁਪਏ ਕੁਇੰਟਲ ਦਾ ਨਜਾਇਜ਼ ਕਿਰਾਇਆ ਭਰਿਆ ਅਤੇ ਕੱਟ ਵੱਲੋਂ ਤਾਂ ਫਿਰ ਉਹ ਕਹਿ ਨਹੀਂ ਰਹੇ ਪਰ ਕਹਿ ਰਹੇ ਵੀ ਸਾਨੂੰ ਘਾਟਾ ਪੈ ਰਿਹਾ ਅਸੀਂ ਇੰਨੇ ਆਹ ਮਤਲਬ ਇੰਨੇ ਨਾਲ ਚੁੱਕ ਸਕਦੇ ਇੰਨੇ ਨਾਲ ਚੁੱਕ ਸਕਦੇ ਹਾਂ ਇਸ ਇਹੀ ਪੋਜੀਸ਼ਨ ਬਣੀ ਪਈ ਆ ਵੀ ਨਾ ਕੋਈ ਮਾਲ ਚੁੱਕਿਆ ਜਾਂਦਾ ਨਾ ਕੋਈ ਸੈਲਰ ਵਾਲਿਆਂ ਨਾਲ ਗੱਲ ਮੁੱਕ ਰਹੀ ਹੈ ਸਰਕਾਰ ਆਪਣੇ ਲੈਵਲ 'ਤੇ ਕੁਛ ਨਹੀਂ ਫਿਲਹਾਲ ਕਰ ਰਹੀ ਔਰ ਸਿਰਫ ਅਤੇ ਸਿਰਫ ਝੂਠੇ ਵਾਅਦੇ ਦਾਅਵੇ ਕੀਤੇ ਜਾ ਰਹੇ ਨੇ ਇਹ ਡੇਰਾ ਬਾਬਾ ਨਾਨਕ ਦੇ ਸਰਹੱਦ ਦੇ ਉੱਤੇ ਵਸਤੀ ਮੰਡੀ ਆ ਜਿਹੜਾ ਕਿ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਦੇ ਵਿੱਚ ਲੱਖਾਂ ਹੀ ਬੋਰੀਆਂ ਦੀਆਂ ਧਾਂਕਾਂ ਲੱਗੀਆਂ ਨੇ ਕਿਸਾਨ ਵੀ ਉਹੀ ਆੜ੍ਹਤੀ ਵੀ ਉਹੀ ਫਸਲ ਵੀ ਉਹੀ ਹਾਲਾਤ ਵੀ ਉਹੀ ਅਤੇ ਪਰ ਸਰਕਾਰ ਦੀ ਸਿਹਤ 'ਤੇ ਜਿਹੜਾ ਅਸਰ ਆ ਉਹ ਦੇਖਣ ਨੂੰ ਨਹੀਂ ਮਿਲ ਰਿਹਾ